ਪੁਲਿਸ ਨੇ ਨਾਕੇਬੰਦੀ ਦੌਰਾਨ ਦੋ ਨੌਜਵਾਨਾਂ ਤੋਂ 400 ਨਸ਼ੀਲੇ ਟੀਕੇ ਬਰਾਮਦ ਕੀਤੇ ਨੇ। ਜਾਣਕਾਰੀ ਦਿੰਦੇ ਹੋਏ DSP ਅਮਰੀਕ ਸਿੰਘ ਚਾਹਲ ਨੇ ਦੱਸਿਆ ਕਿ ਰੋਡਵੇਜ਼ ਦੇ ਵਿੱਚੋਂ ਉਤਰੇ ਦੋ ਮੁਸਾਫਰਾਂ ਦੀ ਜਦ ਚੈਕਿੰਗ ਕੀਤੀ ਗਈ ਤਾਂ ਮੌਕੇ ਤੋਂ ਉਹਨਾਂ ਕੋਲੋਂ ਨਸ਼ੀਲੇ ਟੀਕੇ ਬਰਾਮਦ ਹੋਏ। ਦੋਸ਼ੀਆਂ ਦੀ ਪਛਾਣ ਗੁਰਪ੍ਰੀਤ ਸਿੰਘ ਅਤੇ ਮਨਪ੍ਰੀਤ ਸਿੰਘ ਵਜੋਂ ਹੋਈ ਹੈ, ਜਿਨ੍ਹਾਂ ਤੇ ਬਣਦਾ ਮਾਮਲਾ ਦਰਜ ਕਰਨ ਲਈ ਕਾਰਵਾਈ ਕੀਤੀ ਜਾ ਰਹੀ ਹੈ। ਫਿਲੌਰ ਤੋਂ ਪ੍ਰਪੌਲ ਦੀ ਰਿਪੋਰਟ। ਇਸ ਤਰ੍ਹਾਂ ਸੀਗਾ, ਸਾਡੇ ਮਾਨਯੋਗ SSP ਸਾਹਿਬ ਸ਼੍ਰੀ ਨਵਜੋਤ ਸਿੰਘ ਬਾਹਰ ਜੀ ਵੱਲੋਂ ਜਿਹੜੀ ਨਸ਼ਿਆਂ ਦੇ ਖਿਲਾਫ ਮੁਹਿੰਮ ਚਲਾਈ ਗਈ ਹੈ, ਉਹਨੂੰ ਸਾਨੂੰ ਬਹੁਤ ਵੱਡੀ ਸਫਲਤਾ ਮਿਲੀ। ਜਦੋਂ ਸਾਡਾ ਜਿਹੜਾ ਹਾਈਟੈਕ ਇਲਾਕਾ ਸਤਲੁਜ ਬ੍ਰਿਜ ਤੇ ਆ, ਉਹਦੇ SHO ਜਤਿੰਦਰ ਕੁਮਾਰ ਤੇ ਸਾਡੇ ਸਪੈਸ਼ਲ ਸੈੱਲ ਦੇ ਇੰਚਾਰਜ ਸਰ ਸਰਜੀਤ ਸਿੰਘ ਹੋਣਾਂ ਨੇ ਆਪਣੀ ਪੁਲਿਸ ਪਾਰਟੀ ਇਲਾਕਾ ਲਾਇਆ ਸੀਗਾ ਤੇ ਉਹ ਬੱਸਾਂ ਦੀ ਜਿਹੜੀ ਚੈਕਿੰਗ ਸਪੈਸ਼ਲ ਸੀਗੀ ਆ ਚੱਲਦੀ, SSP ਸਾਹਿਬ ਵੱਲੋਂ ਮੈਸੇਜ ਸੀਗਾ। ਉਹਨਾਂ ਦੇ ਦੌਰਾਨ ਜਦੋਂ ਇੱਕ ਰੋਡਵੇਜ਼ ਦੀ ਬੱਸ ਰੋਕੀ ਤਾਂ ਉਹਦੇ ਵਿੱਚੋਂ ਦੋ ਬੰਦੇ ਜਿਹੜੇ ਆ ਉਤਰੇ, ਜਿਹਨਾਂ ਤੋਂ ਉਹਨਾਂ ਦੀ ਤਲਾਸ਼ੀ ਲਈ ਤਾਂ ਉਹਨਾਂ ਕੋਲ ਜਿਹੜੇ ਇੰਜੈਕਸ਼ਨ ਜਿਹੜੇ 392 ਇੰਜੈਕਸ਼ਨ ਜਿਹੜੇ ਬਰਾਮਦ ਹੋਏ। ਇਹ ਕਿੱਥੋਂ ਰਿਹਾ ਬਈ ਸਰ? ਇਹ ਆਦਮਪੁਰ ਏਰੀਏ ਦੇ ਰਹਿਣ ਵਾਲੇ ਆ। ਇਹਨਾਂ ਨਾਂ ਇੱਕ ਦਾ ਨਾਂ ਗੁਰਪ੍ਰੀਤ ਹੈ, ਇੱਕ ਦਾ ਨਾਂ ਮਨਪ੍ਰੀਤ। ਕਿੱਥੋਂ ਲੈ ਕੇ ਆਏ ਸਰ? ਇਹ ਸਹਾਰਨਪੁਰ ਦੇ ਲਾਗਿਓਂ ਲੈ ਕੇ ਆਏ ਆ।